ਮੇਰਾ ਇੱਕ ਬੜਾ ਅੱਛਾ ਦੋਸਤ ਹੈ ਤੇ ਉਹਦੀ ਸ਼ਾਦੀ ਨੂੰ ਤਕਰੀਬਨ ਸਵਾ ਕਰ ਸਾਲ ਹੋ ਗਿਆ ਹੈ ਮੇਰੇ ਨਾਲੋਂ ਇੱਕ ਮਹੀਨਾ ਪਹਿਲਾਂ ਉਹਦੀ ਸ਼ਾਦੀ ਹੋਈ ਸੀ ਮੈਨੂੰ ਚਲੋ ਅੱਲਾ ਪਾਕ ਨੇ ਇੱਕ ਬੇਟੀ ਦੇ ਦਿੱਤੀ ਏ ਉਹਦੀ ਅਜੇ ਔਲਾਦ ਨਹੀਂ ਅੱਲਾ ਉਹਨੂੰ ਨੇਕ ਔਰ ਸਾਲੇ ਔਲਾਦ ਦੇ ਪਰਸੋਂ ਮੈਨੂੰ ਮਿਲਿਆ ਤੇ ਬੜਾ ਪਰੇਸ਼ਾਨ ਮੈਂ ਕਿਹਾ ਕੀ ਗੱਲ ਟੈਨਸ਼ਨ ਚ ਲੱਗਣਾ ਆਂਦਾ ਯਾਰ ਮੈਂ ਤੇ ਮੇਰੀ بیوی مشورے ਦੇ ਨਾਲ ਨਾ ਅਜੇ ਬੱਚੀ ਬੱਚਾ ਪੈਦਾ ਨਹੀਂ ਕਰਦੇ ਪੇ لیکن ਸਾਡੇ ਨਾਲੋਂ ਜ਼ਿਆਦਾ ਪਰੇਸ਼ਾਨੀ ਸਾਡੇ ਰਿਸ਼ਤੇਦਾਰਾਂ ਨੂੰ ਮਾਲਿਆ ਵਾਲਿਆਂ ਨੂੰ میرے ਯਾਰਾਂ ਦੋਸਤਾਂ ਨੂੰ ਆਂਦਾ तकरीबन 15 ਕਰ ਹਕੀਮਾਂ ਦੇ ਐਡਰੈਸ ਤੇ ਕਾਰਡ ਲੋਕਾਂ ਮੈਨੂੰ ਦੇ ਛੜੇ ਨੇ ਤੇ ਮਾਲੇ ਦੀਆਂ ਆਂਟੀਆਂ ਤੇ ਰਿਸ਼ਤੇਦਾਰਾਂ ਨੇ तकरीबन ਕੋ 10 ਕਰ ਹਕੀਮਾਂ ਤੇ ਡਾਕਟਰਾਂ ਦੇ ਕਾਰਡ ਐਡਰੈਸ ਮੇਰੀ بیوی ਨੂੰ ਦੇ ਛੜੇ ਨੇ ਕਿ ਫਲਾਣੇ ਕਿਥਾਂ ਚੈੱਕ ਅਪ ਕਰਾਓ ਫਲਾਣੇ ਹਕੀਮ ਕੋਲ ਜਾਓ ਫਲਾਣੇ ਡਾਕਟਰ ਕੋਲ ਜਾਓ ਅੱਲਾ ਤੁਹਾਨੂੰ ਔਲਾਦ ਦੇ ਛੜੇ ਦਾ ਆਂਦਾ ਖੁਦਾ ਦੀ ਕਸਮ ਹੈ ਅਸੀਂ ਬਿਲਕੁਲ ਫਿੱਟ ਫਟਾ ਇਹਨਾਂ ਨੂੰ ਕਿਵੇਂ ਯਕੀਨ ਦਵਾਈਏ ਕਿ ਅਸੀਂ ਠੀਕ ਠਾਕ ਯਾਨੀ ਕਿ ਐ ਹੀ ਸਾਡੇ ਮਾਮਲੇ ਦੀ ਹਸਤਾਖਾਲੀ ਹੈ ਕਿ ਲੋਕੀ ਆਪਣੇ ਜ਼ਾਤੀ ਮਾਮਲੇ ਦੀ ਬਜਾਏ ਆਪਣੇ ਕੰਮਾਂ ਦੀ ਬਜਾਏ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰਦੇ ਨੇ ਦੂਜਿਆਂ ਦੇ ਘਰਾਂ ਦੇ ਵਿੱਚ ਦੂਜਿਆਂ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਜਿਸ ਦੀ ਵਜ੍ਹਾ ਤੋਂ ਆਪ ਵੀ ਰੋਂਦੇ ਰਹਿੰਦੇ ਨੇ ਤੇ ਫਿਰ ਆਂਦੇ ਨੇ ਰੋਂਦੇ ਤੇ ਤੁਸੀਂ ਆਪ ਵੀ ਐਵੇਂ ਤੇ ਹਸਨ ਅਸਨ ਦੂਜਿਆਂ ਨੂੰ ਵੀ ਨਹੀਂ ਦੇਣਾ ਛੱਡ ਦਿਓ ਇੰਜ ਦੇ ਕੰਮ ਪਰਸੋਂ ਮੈਂ ਇੱਕ ਹੋਟਲ ਦੇ ਵਿੱਚੋਂ ਨਿਕਲਾਂ ਪਿਆ ਤੇ ਚਾਦਰ ਲਈ ਮੇਰੀ ਕੋਲ ਥੋੜੀ ਜੀ ਨਾ ਤਬੀਅਤ ਖਰਾਬ ਸੀ ਆ ਮੱਠਾ ਮੱਠਾ ਬੁਖਾਰ ਸੀ ਤੇ ਕੋਈ ਜਾਂਦੀ ਜਾਂਦੀ ਸਰਦੀ ਨਾ ਤੇ ਉਹ ਮੈਂ ਜਦੋਂ ਬਾਹਰ ਨਿਕਲਿਆ ਨਾ ਤੇ ਅੱਗੋਂ ਮੈਨੂੰ ਇੱਕ ਜਣਾ ਮਿਲ ਪਿਆ ਅੰਦਰ ਚਾਦਰ ਲਈ ਜੇ ਉੱਤੇ ਮੈਂ ਕਿਹਾ ਯਾਰ ਕੋ ਤਬੀਅਤ ਨਹੀਂ ਠੀਕ ਤੇ ਨਾਲੇ ਆਪਣੀ ਮਰਜ਼ੀ ਨਾਲ ਲਈ ਇਹ ਲੋਕੀ ਵੇਖਣ ਵਾਲੇ ਕਿ ਆਖਣਗੇ ਮੌਸਮ ਤੇ ਚਾਦਰ ਆ ਲੈ ਕੋਈ ਨਹੀਂ ਮੈਂ ਮੈਂ ਲੋਕਾਂ ਵਾਸਤੇ ਲਈ ਹੀ ਨਹੀਂ ਇਹ ਪਾਉਣੇ ਲਈ ਲੇਕਿਨ ਵੇਖਣ ਵਾਲੇ ਮੈਂ ਕਿ ਮੈਂ ਉਹਨਾਂ ਦੀ ਟੈਨਸ਼ਨ ਹੀ ਨਹੀਂ ਨਹੀਂ ਆਂਦਾ ਚਾਦਰ ਲਈਏ ਮੈਂ ਚਾਦਰ ਮੇਰੀ ਮੇਰੀ ਜ਼ਿੰਦਗੀ ਮੇਰੇ ਮਾਮਲੇਤ ਨੇ ਮੈਂ ਲੋਕਾਂ ਨੂੰ ਵਖਾਣ ਵਾਸਤੇ ਚਾਦਰ ਤੇ ਲਈ ਨਹੀਂ ਨਾਲੇ ਮੈਂ ਆਪਣੇ ਵਾਸਤੇ ਲਈ ਆਪਣੀ ਚਾਦਰ ਲਈ ਸੋ ਇਹ ਵੀ ਕਿ ਕਿਸੇ ਵਾਸਤੇ ਤੁਸੀਂ ਇਹਨਾ ਆਪਣੇ ਆਪ ਨੂੰ ਪਰੇਸ਼ਾਨੀ ਦੇ ਵਿੱਚ ਉਲਝਣ ਦੇ ਵਿੱਚ ਟੈਨਸ਼ਨ ਦੇ ਵਿੱਚ ਨਾ ਪਾਓ ਲੋਕ ਗੱਲਾਂ ਕਰਦੇ ਰਹਿੰਦੇ ਨੇ ਕਰ ਰਹੇ ਨੇ ਕਰਦੇ ਰਹੇ ਨੇ ਇਹਨਾ ਕਰਦਿਆਂ ਰਹਿੰਦੇ ਤੁਸੀਂ ਕੁਝ ਵੀ ਕਰ ਲੋ ਤੁਸੀਂ ਜਿੱਡੇ ਮਰਜ਼ੀ ਚੰਗੇ ਹੋ ਜਿੱਡੇ ਮਰਜ਼ੀ ਨਫੀਸ ਹੋ ਜਾਂ ਜਿੰਜ ਦੇ ਵੀ ਤੁਸੀਂ ਆਓ ਤੁਹਾਨੂੰ ਗੱਲਾਂ ਕਰਨ ਵਾਲਿਆਂ ਨੇ ਤੁਹਾਡੇ ਵਿੱਚੋਂ ਕੋਈ ਨਾ ਕੋਈ ਨੁਕਸ ਕੱਢ ਹੀ ਲੈਣਾ ਜਿੰਨੇ ਦੇ ਮਰਜ਼ੀ ਵੀ ਤੁਸੀਂ ਚੰਗੇ ਚੰਗੇ ਕੰਮ ਕਰ ਲਓ ਮੈਂ ਅਖੇ ਵੀ ਇੱਕ ਦਿਨ ਗੱਲ ਕੀਤੀ ਸੀ ਜੇ ਮੈਂ ਮਜ਼ਬ ਦਿਨ ਇਸਲਾਮ ਤੇ ਜਾਂ ਕੋਈ ਵੀ ਮਜ਼ਬੀ ਗੁਫਤਗੋ ਕਰਾਂ ਤੇ ਥੱਲੇ ਆਈਆਂ ਨੇ ਕਮੈਂਟਾਂ ਵਾਲੇ ਜਾਂ تنقید ਕਰਨ ਵਾਲੇ ਕਿਉਂ ਰਹਿ ਜਾ ਤੂੰ ਐਡਾ ਆਲਮ ਕੋਈ ਦੁਨੀਆ ਦੀ ਗੱਲ ਸੁਣਾ ਜਿਹੜਾ ਕੋ ਮਤਲਬ ਤੂੰ ਕਰ ਸਕਣਾ ਤੇ ਜੇ ਕੋਈ ਦੁਨੀਆਦਾਰੀ ਦੀ ਗੱਲਾਂ ਸੁਣਾਵਾ ਤੇ ਫੇਰ ਆਂਦੇ ਨੇ ਉਹ ਕੋ ਦੀਨ ਦੀ ਗੱਲ ਸੁਣਾ ਤੇਰੀ ਦੁਨੀਆ ਵੀ ਸੰਵਰ ਜੇ ਤੇਰੀ ਆਖਰਤ ਵੀ ਸੰਵਰ ਜੇ ਸਾਡੇ ਵੀ ਕੋਈ ਪੇੜ ਪੱਲੇ ਪਵੇ ਜਿਹੇ ਤੇ ਗੱਲ ਕਰੀਏ ਕੋਈ ਆਮ ਆਖੇ ਕਿ ਯਾਰ ਅਸੀਂ ਨਹੀਂ ਇਹਨਾਂ ਚੀਜ਼ਾਂ ਤੋਂ ਉਂਜੀਤ ਬਾਗੀਆਂ ਉਂਜੀ ਦੂਰ ਆ ਅਸੀਂ ਇਸ ਗੰਦ ਦੇ ਵਿੱਚ ਵੜਨਾ ਹੀ ਨਹੀਂ ਚਾਹੁੰਦੇ ਇਹ ਅਸੀਂ ਸਿਆਸਤ ਤੋਂ ਹੈ ਹੀ ਦੂਰ ਆ ਤੇ ਫੇਰ ਪਿਆ ਆਖਣਗੇ ਅੱਛਾ ਤੂੰ ਨਿਊਟਰਲ ਹੋ ਗਿਆ ਆ ਤੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਨਿਊਟਰਲ ਤੇ ਜਾਨਵਰ ਹੁੰਦੇ ਨੇ ਤੇ ਜੇ ਕਿਸੇ ਵੀ ਇੱਕ ਧੜੇ ਦਾ ਜਾਂ ਕਿਸੇ ਵੀ ਪਾਰਟੀ ਦਾ ਇਹ ਕਿਸੇ ਵੀ ਕਿਸੇ ਵੀ ਪਾਰਟੀ ਦੀ ਗੱਲ ਕਰੀ ਹੈ ਨਾ ਤੇ ਉਹਦੇ ਆ ਲੈ ਜਾਣਦੇ ਨੇ ਕਿ ਮਤਲਬ ਤੂੰ ਐਸ ਪਾਰਟੀ ਨੂੰ ਸਪੋਰਟ ਨਹੀਂ ਅਸੀਂ ਕਰਨਾ ਤੈਨੂੰ ਦੂਜੀ ਨੂੰ ਕਰਨਾ ਚਾਹੀਦਾ ਸੀ ਉਹਦੀ ਕੀਤੀ ਹੈ ਸਪੋਰਟ ਦੇ ਆਖਣਗੇ ਇਦਾਂ ਨਹੀਂ ਤੈਨੂੰ ਦੂਜੇ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਲਿਹਾਜ਼ਾ ਕਹਿਣ ਦਾ ਮਤਲਬ ਹੈ ਕਿ ਦੁਨੀਆ ਕਿਸੇ ਇੱਕ ਪਾਸੇ ਟਿਕਨ ਨਹੀਂ ਦਿੰਦੀ ਕਿਸੇ ਇੱਕ ਪਾਸੇ ਖਲੋਨ ਨਹੀਂ ਦਿੰਦੀ ਲਿਹਾਜ਼ਾ ਮੈਂ ਤੇ ਇਹ ਆਖਾਂਗਾ ਦੂਸਰਿਆਂ ਦੇ ਮੁਤਾਬਕ ਜ਼ਿੰਦਗੀ گزارਨ ਦੀ ਬਜਾਏ ਦੂਜਿਆਂ ਦੇ ਮੁਤਾਬਕ ਚੱਲਣ ਦੀ ਬਜਾਏ ਆਪਣੀ ਪੁਰਸਕੂਨ ਲਾਈਫ گزارੋ ਆਪਣੀ ਫੈਮਿਲੀ ਵੱਲ ਤਵੱਜੋ ਦਿਓ ਆਪਣੀ ਜ਼ਿੰਦਗੀ ਵੱਲ ਤਵੱਜੋ ਦਿਓ ਆਪਣੀ ਜ਼ਿੰਦਗੀ ਦੁਨੀਆ ਅੱਛੀ ਬਣਾਓ ਔਰ ਆਪਣੀ ਆਖਰਤ ਅੱਛੀ ਬਣਾਓ